ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਅਸੀਂ ਵਿਚਾਰ ਵਟਾਂਦਰਾ ਜਾਰੀ ਰੱਖਿਆ ਹੋਇਆ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇਸ ਮੁਤਲਕ ਤੁਹਾਡੇ ਵਿਚਾਰ। ਕਾਫੀ ਸਾਰੇ ਕਾਲਰਸ ਸਾਨੂੰ ਕਾਲ ਕਰ ਰਹੇ ਨੇ ਇਸ ਮੁਤਲਕ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਵਾਲੀਆ ਜੀ। ਜੀ ਜੀ ਹੈਲੋ ਜੀ 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 ਤੁਸੀਂ ਔਨ ਏਅਰ ਹੋ, ਕੀ ਕਹਿਣਾ ਚਾਹੋਗੇ? ਮੇਰਾ ਨਾਮ ਹੈ ਤਰਲੋਕ ਸਿੰਘ ਜੀ, ਤੇ ਮੈਂ ਬੋਲਦਾ ਕੈਲੀਫੋਰਨੀਆ ਤੋਂ ਜੀ। ਤਰਲੋਕ ਸਿੰਘ ਜੀ, ਕੀ ਕਹਿਣਾ ਚਾਹੋਗੇ? 84 ਸਾਲ ਮੇਰੀ ਉਮਰ ਹੈ ਤੇ ਮੈਂ ਉਦੋਂ ਲੰਡਨ 'ਚ ਸੀ ਜਦੋਂ ਇਹ ਸਾਰਾ ਕੁਝ ਹੋਇਆ ਜੀ, ਤੇ BBC ਨੇ ਸਾਰਾ ਕਵਰ ਕੀਤਾ ਸੀ ਜੀ। ਮੇਰਾ ਇੱਕੋ ਹੀ ਸਵਾਲ ਹੈ ਜੀ ਕਿ ਜਿਹੜਾ ਤੁਸੀਂ ਪੁੱਛ ਸਕਦੇ ਹੋ ਕਰਿੰਦਿਆਂ ਕੋਲੋਂ ਜੀ, ਕਿ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਮਾਰਿਆ ਸੀ ਜੀ, ਤੇ ਸਤਵੰਤ ਸਿੰਘ ਸਾਲ ਦੇ ਅੰਦਰ ਅੰਦਰ ਫਾਂਸੀ ਚੜ ਗਿਆ ਸੀ ਜੀ, ਤੇ ਜਿਨ੍ਹਾਂ ਨੇ ਹਜ਼ਾਰਾਂ ਸਿੱਖ ਮਾਰੇ ਨੇ ਉਹਨਾਂ ਨੂੰ 34 ਸਾਲ ਦੇ ਵਿੱਚ ਵੀ ਫਾਂਸੀ ਕਿਸੇ ਨੂੰ ਨਹੀਂ ਚੜਿਆ ਗਿਆ? ਵੈਲਿਡ ਕੁਐਸਚਨ ਜੀ, ਇਹਦਾ ਜਵਾਬ ਮੈਨੂੰ ਚਾਹੀਦਾ ਜੀ। ਜੀ 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 ਮੈਂ ਹੋਰ ਵੀ ਕਾਲਜ ਕਾਲ ਲੈਣਾ ਚਾਹੁੰਦਾ, ਲੇਕਿਨ ਇੱਥੇ ਮੈਂ ਜ਼ਰੂਰ ਜਾਣਾ ਚਾਹੁੰਦਾ। ਦੇਖੋ, ਜਦ ਹੁਣ ਇਹ ਮਾਮਲਾ ਹੁਣ ਇਲੈਕਸ਼ਨਸ ਆ ਗਈਆਂ 2019 ਦੀਆਂ, ਹੈ ਨਾ, ਹੁਣ ਮੋਦੀ ਸਰਕਾਰ ਕਹਿੰਦੀ ਹੈ, ਮੋਦੀ ਸਰਕਾਰ ਦੇ ਹਿਮਾਇਤੀ ਕਹਿੰਦੇ ਹਨ ਕਿ ਇਹ ਮਾਮਲਾ ਹੁਣ ਸੁਪਰੀਮ ਕੋਰਟ ਦੇ ਅਧੀਨ ਹੈ। ਅਸੀਂ ਕਈ ਵੱਖ ਵੱਖ ਜਿਹੜੇ ਲੀਡਰਸ ਨੇ ਇਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ, ਲੇਕਿਨ ਹੁਣ ਇਹ ਸੁੱਟ ਦਿੰਦੇ ਨੇ ਕਿ ਇਹ ਮਾਮਲਾ ਹੁਣ ਸੁਪਰੀਮ ਕੋਰਟ ਦੇ ਅਧੀਨ ਹੈ। ਪਹਿਲਾਂ ਇਹਨਾਂ ਨੇ ਕਿਹਾ ਕਿ ਅਸੀਂ SIT ਦਾ ਗਠਨ ਕਰਤਾ ਜਦ ਇਹਨਾਂ ਨੂੰ ਵੋਟ ਲੈਣੀ ਸੀਗੀਆਂ। ਦੇਖੋ, ਇਹ ਜੋ ਦਰਦ ਹੈ, ਜੋ ਦੁੱਖ ਹੈ, ਬੰਦਾ ਸਿੱਖ ਜੋ ਲੋਕ ਫੋਨ ਕਰ ਰਹੇ ਨੇ, ਜਿਸ ਤਰ੍ਹਾਂ ਇਹ ਵਿਤਕਰਾ 'ਤੇ ਹੋਇਆ, ਲੈਟਸ ਐਕਸੈਪਟ ਦਿਸ, ਇੰਨੇ ਸਾਰੇ ਬੇਗੁਨਾਹਾਂ ਦੇ ਕਤਲ ਦਾ ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ, ਕਿਸੇ ਕਲਪ੍ਰਿਟ ਨੂੰ, ਕਿਸੇ ਗੁਨਾਹਗਾਰ ਨੂੰ ਸਜ਼ਾ ਨਹੀਂ ਹੋਈ, ਇਹ ਵਿਤਕਰਾ 'ਤੇ ਲੈਟਸ ਐਕਸੈਪਟ ਕੇ ਹੋਇਆ, ਪਰ ਇੰਡੀਅਨ ਜੁਡੀਸ਼ੀਅਲ ਸਿਸਟਮ ਦੇ ਅੰਡਰ ਚੱਲ ਰਿਹਾ ਉਹ, ਬਤਾਓ, ਜਿਸ ਤਰ੍ਹਾਂ ਪਹਿਲਾਂ ਕਿ ਕੋਰਟ ਕਚਹਿਰੀ ਦੀਆਂ ਦਾਅ ਪੇਚਾਂ 'ਚ ਫਸਿਆ ਹੋਇਆ ਮਾਮਲਾ, ਇਹ ਅੱਜ ਤਰੀਕ, ਫਿਰ ਦੂਜੀ ਤਰੀਕ, ਫਿਰ ਤਰੀਕ ਪੋਸਟਪੋਨ ਕਰ ਦਿਓ, ਸਾਡੇ ਅਦਾਲਤਾਂ 'ਚ ਕਾਰਵਾਈਆਂ ਇੱਦਾਂ ਹੀ ਚੱਲਦੀਆਂ, ਵਕੀਲ ਹੀ ਫਲਾਣਾ ਪੇਸ਼ ਨਹੀਂ ਹੋਇਆ ਜੀ, ਫਲਾਣਾ ਵਕੀਲ ਬਿਮਾਰ ਹੈ ਜੀ, ਇਸ ਤਰ੍ਹਾਂ ਕਰਕੇ ਹੋਇਆ। ਇਹ ਚੀਜ਼ ਮੈਂ ਮੰਨਦਾ ਕਿ ਜੁਡੀਸ਼ੀਅਲ ਸਿਸਟਮ ਦੀ ਕਹਿ ਲਓ ਜਾਂ ਸਰਕਾਰ ਦੇ ਪੱਖੋਂ ਕਹਿ ਲਓ, ਭਾਵੇਂ ਕਾਂਗਰਸ ਦੀਆਂ ਸਰਕਾਰਾਂ ਰਹੀਆਂ, ਫਿਰ BJP ਦੀ ਸਰਕਾਰ ਆਈ, ਇਹ ਵਿਤਕਰਾ 'ਤੇ ਹੋਇਆ, ਉਹ ਜਿਹੜਾ ਇਮੋਸ਼ਨਲ ਇਸ਼ੂ ਹੈ, ਜੋ ਦੁੱਖ ਹੈ, ਜੋ ਦਰਦ ਹੈ, ਉਹ 'ਤੇ ਜਾਇਜ਼ ਹੈ, ਔਰ ਇਸ ਚੀਜ਼ ਦੀ ਨਾਇਨਸਾਫੀ 'ਤੇ ਹੋਈ ਹੈ ਜੀ। ਕਾਲਰਸ ਵੀ ਜੁੜ ਰਹੇ ਨੇ, ਉਹਨਾਂ ਦੇ ਵੀ ਪ੍ਰਤੀਕਰਮ ਅਸੀਂ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਿੰਦਰ ਸਿੰਘ ਬੋਲ ਰਿਹਾ ਜੀ, ਇੰਡੀਆਨਾ ਤੋਂ ਜੀ। ਜੀ ਮੈਂ, ਦੇਖੋ, ਮੇਰਾ ਇੱਕੋ ਹੀ ਸਵਾਲ ਹੈ, ਮੈਂ ਇਹ ਪੁੱਛਣਾ ਚਾਹਾਂਗਾ ਕਿ ਇਹ ਅੱਜ ਦੀ ਗੱਲ ਨਹੀਂ ਹੈ, 9 ਕਮਿਸ਼ਨਾਂ ਬਹਿ ਚੁੱਕੀਆਂ ਨੇ 34 ਸਾਲਾਂ ਤੋਂ ਬਾਅਦ ਜੀ, ਤੇ ਅਜੇ ਤੱਕ ਕਿਸੇ ਕਮਿਸ਼ਨ ਦੀ ਰਿਪੋਰਟ ਨੂੰ ਇਹਨਾਂ ਨੇ ਸਿਰੇ ਲਾਇਆ ਜੀ, ਉਹ ਸਾਰੇ ਬੰਦੇ ਜਿਹੜੇ ਕਲਪ੍ਰਿਟ ਨੇ ਉਹ ਦਿੱਲੀ 'ਚ ਤੁਰੇ ਫਿਰਦੇ ਨੇ ਜੀ, ਤੇ ਅਜੇ ਤੱਕ ਕੋਈ ਵੀ ਇਹਨਾਂ ਨੂੰ ਕੋਈ ਕੁਛ ਨਹੀਂ ਕਰ ਸਕਦੇ, ਇੰਨਾ ਜ਼ਿਆਦਾ ਧੱਕਾ, ਸੈਕਿੰਡ ਸੀਜ਼ਨ ਤੁਸੀਂ ਸਮਝਦੇ ਹੋ ਸਿੱਖਾਂ ਨੂੰ, ਇੰਨਾ ਬੁਰਾ ਹਾਲ ਹੈ, ਰੈਫਰੈਂਡਮ ਤੱਕ ਅਸੀਂ ਪਹੁੰਚੇ ਕਿਉਂ? ਇਹ ਦੀ ਕੁਐਸਚਨ ਇਜ਼ ਦਿਸ, ਵਾਈ ਆਰ ਵੀ ਐਟ ਦ ਸਟੇਜ ਆਫ ਰੈਫਰੈਂਡਮ ਨਾਓ ਜੀ, ਵਾਈ ਜੀ? ਦਿਸ ਇਜ਼ ਅਨਅਸੈਪਟੇਬਲ, ਦੇ ਕਾਲ ਦੈਮਸੈਲਵਸ ਦੈਟ ਦ ਇੰਡੀਆ ਇਜ਼ ਦ ਬਿਗੇਸਟ ਡੈਮੋਕ੍ਰੈਟਿਕ ਕੰਟਰੀ ਜੀ, ਆਈ ਡੋਨਟ ਸੀ ਐਨੀ ਡੈਮੋਕ੍ਰੇਸੀ ਦੇਅਰ ਜੀ। ਜੀ, ਬਹੁਤ ਬਹੁਤ ਧੰਨਵਾਦ ਜੀ। ਔਰ ਵੀ ਕਾਲਰ ਸਾਡੇ ਨਾਲ ਜੁੜ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਹੈਲੋ ਜੀ, ਮੈਂ ਚਾਹਾਂਗਾ ਤੁਸੀਂ ਆਪਣੇ TV ਸੈੱਟ ਦੀ ਵੋਲਿਊਮ ਘੱਟ ਕਰਿਓ, ਕੀ ਕਹਿਣਾ ਚਾਹੋਗੇ? ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਜੀ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਹਾਂਜੀ ਭਾਜੀ, ਇਹਨਾਂ ਭਾਜੀ ਉਹਨਾਂ ਨੂੰ, ਗਵਰਨਮੈਂਟ ਨੂੰ ਹਰ 5 ਸਾਲ ਬਾਅਦ ਇਹ ਮੁੱਦਾ ਚੱਕਦੀ ਆ, ਅਸੀਂ ਸਿੱਖਾਂ ਨੂੰ ਇਨਸਾਫ਼ ਦਿਲਵਾਉਣਾ, ਕੋਈ ਨਹੀਂ ਦਵਾਉਂਦਾ ਜੀ। ਜੀ ਜੀ ਜੀ, ਹਾਂਜੀ, ਸਾਨੂੰ ਮਜਬੂਰ ਕੀਤਾ ਗਿਆ, ਅਸੀਂ ਖਾਲਿਸਤਾਨ ਦੀ ਸਪੋਰਟ ਨਹੀਂ ਕਰਦੇ, ਪਰ ਅਸੀਂ, ਸਾਨੂੰ ਮਜਬੂਰ ਕੀਤਾ ਗਿਆ ਸਾਨੂੰ ਵੀ ਖਾਲਿਸਤਾਨ ਦੀ ਸਪੋਰਟ ਕਰੀਏ, ਪਰ ਇਹ ਸਾਨੂੰ ਜਦ ਤੱਕ ਇਨਸਾਫ਼ ਨਹੀਂ ਮਿਲਦਾ ਇਹ ਕੰਮ ਚੱਲੀ ਜਾਣਾ ਜੀ। ਜੀ, ਤੇ ਬਾਕੀ ਕਹਿੰਦੇ ਵੀ ਕਹਿੰਦੇ ਜੀ ਸਪੋਂਸਰ ਪਾਕਿਸਤਾਨ ਕਰਦਾ ਜੀ, ਇਹ ਗਲਤ ਗੱਲ ਹੈ ਜੀ, ਸਪੋਂਸਰ ਪਾਕਿਸਤਾਨ ਨਹੀਂ ਕਰਦਾ, ਪਾਕਿਸਤਾਨ ਕੋਲ ਆਪਦੇ ਖਾਣ ਲਈ ਰੋਟੀ ਨਹੀਂ ਹੈਗੀ, ਉਹ ਖਾਲਿਸਤਾਨ ਨੂੰ ਕਿੱਥੋਂ ਸਪੋਂਸਰ ਕਰ ਦੂੰਗਾ ਜੀ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਜੀ ਆਪਣੀ ਗੱਲ ਸਾਡੇ ਨਾਲ ਰੱਖਣ ਦੇ ਲਈ। ਮੈਂ ਸਿਰਫ ਤੁਹਾਡੇ ਕਲੋਜ਼ਿੰਗ ਕਮੈਂਟ ਜਾਣਨਾ ਚਾਹੁੰਦਾ ਇਸ ਮੁਤਲਕ, ਕੀ ਕਹਿਣਾ ਚਾਹੋਗੇ? ਦੇਖੋ, ਜਿਸ ਤਰ੍ਹਾਂ ਹੁਣ ਭਾਈ ਸਾਹਿਬ ਨੇ ਕਿਹਾ ਕਿ ਪਾਕਿਸਤਾਨ ਦੇ ਸਪੋਰਟ ਉਹ ਨਹੀਂ ਮੰਨਦੇ, ਇਟਸ ਅ ਵੈਲਿਡ ਫੈਕਟ, ਸਾਰੀ ਦੁਨੀਆ ਨੂੰ ਪਤਾ ਹੈ ਪਾਕਿਸਤਾਨ ਟੈਰੋਰਿਜ਼ਮ ਨੂੰ
ਸਪੋਰਟ ਕਰਦਾ ਰਿਹਾ, ਕਸ਼ਮੀਰ ਦੇ ਵਿੱਚ ਵੀ ਕਰਦਾ ਰਿਹਾ, ਜਿਹੜਾ ਪਹਿਲਾਂ ਪੰਜਾਬ 'ਚ ਵੀ ਚੱਲਦਾ ਸੀਗਾ, ਇਟ ਵਾਜ਼ ਆਲ ਸਪੋਰਟਡ ਬਾਈ ਪਾਕਿਸਤਾਨ. ਹੁਣ ਜਿਹੜਾ ISI ਦਾ ਵੀ ਨਾਮ ਆ ਰਿਹਾ, ਇਟ ਇਜ਼ ਅ ਵੈਲਿਡ ਰੀਜ਼ਨ ਬਿਕੋਜ਼ ਆਫ ਦ ਸਿਮਟਮਸ ਜਿਹੜੇ ਉੱਥੇ ਕੱਲ੍ਹ ਦਿਖਾਈ ਦਿੱਤੇ. ਇਹ ਚੀਜ਼ ਹੈਗੀ ਹੈ. ਔਰ ਜਿਹੜੀ ਸ਼ਿਕਾਇਤ, ਜਿਹੜੀ ਜਿਸ ਤਰ੍ਹਾਂ ਹੁਣ ਆਪਾਂ ਗੱਲ ਕਰ ਰਹੇ ਹਾਂ, ਜੇ ਆਪਣਾ ਸਿੱਖ ਭਾਈਚਾਰੇ ਦੀ ਜਿਹੜੀ ਹੈਗੀ ਹੈ ਸ਼ਿਕਾਇਤ ਹੈ, ਜਿਹੜਾ ਦੁੱਖ ਹੈ, ਜਿਹੜਾ ਦਰਦ ਹੈ 84 ਦੇ ਜੈਨੋਸਾਈਡ ਨੂੰ ਲੈ ਕੇ, ਉਹ ਮੈਂ ਵੀ ਮੰਨਦਾ ਕਿ ਉਹਦੇ ਨਾਲ ਵਿਤਕਰਾ ਹੋਇਆ. ਉਹਨਾਂ ਕਹਿਣ ਦਾ ਭਾਵ ਹੈ ਕਿ ਸਾਨੂੰ ਆਜ਼ਾਦੀ ਜਿਹੜੀ ਹੈ, ਆਜ਼ਾਦੀ ਹੋਣ ਤੋਂ ਬਾਅਦ ਵੀ ਨਹੀਂ ਮਿਲੀ. ਇਸ ਕਰਕੇ ਆਪਣਾ ਲਾਸਟ ਹੋਏਗਾ ਥੋੜੇ ਦਿਨ ਬਾਅਦ. ਥੋੜੇ ਦਿਨ ਬਾਅਦ ਜਦੋਂ ਆਦਮੀ ਭਰ ਜਾਂਦਾ ਅੰਦਰੋਂ, ਤੇ ਐਟਲੀਸਟ ਦੇ ਵਿਲ ਕਮ ਆਊਟ, ਦੇ ਵਿਲ ਆਸਕ ਫਾਰ ਦੀ ਇਨਸਾਫ. ਉਹ ਹੋ ਨਹੀਂ ਰਿਹਾ. ਉਹ ਮੈਂ ਤੁਹਾਨੂੰ ਦੱਸਿਆ, ਉਹ ਲੀਗਲ ਕੰਪਲੀਕੇਸ਼ਨ 'ਚ ਫਸਿਆ ਹੋਇਆ. ਇੱਕ ਤਾਂ ਸਿੱਖ ਜੈਨੋਸਾਈਡ ਵਾਲਾ ਹੋ ਗਿਆ. ਹੁਣ ਕਮ ਬੈਕ ਟੂ ਰੈਫਰੈਂਡਮ 2020. ਹੁਣ ਜਿਸ ਤਰ੍ਹਾਂ ਭਾਈ ਸਾਹਿਬ ਨੇ ਫੋਨ ਤੇ ਕਿਹਾ ਕਿ ਰੈਫਰੈਂਡਮ 2020 ਹੁਣ ਅੱਗੇ ਕੈਨਵਸਿੰਗ ਹੋਈ, ਲੈਟਸ ਸੀ ਕਿ ਹੁਣ ਜਿਹੜਾ ਲੰਡਨ ਵਾਲਾ ਹੋਇਆ, ਤਸਵੀਰ ਸਾਫ਼ ਹੋਣੀ ਚਾਹੀਦੀ ਹੈ, ਆਫਟਰ ਇਫੈਕਟਸ ਕੀ ਹੋਣਗੇ, ਤਸਵੀਰ ਸਾਫ਼ ਹੋਣੀ ਚਾਹੀਦੀ ਹੈ. ਤਸਵੀਰ ਜਿਹੜੀ ਹੈ ਧੁੰਦਲੀ ਹੋਈ ਹੋਈ ਹੈ, ਔਰ ਇਸ ਨਿਸ਼ਾਨ ਸਾਹਿਬ ਦੇ ਥੱਲੇ ਜਿਹੜੀ ਹੋਰ ਵੱਖ ਵੱਖ ਜਮਾਤਾਂ ਹਨ, ਉਹਨਾਂ ਨੂੰ ਖੜੇ ਹੋਣ ਦੀ ਲੋੜ ਹੈ, ਉਹਨਾਂ ਨੂੰ ਰਲਾਉਣ ਦੀ ਲੋੜ ਹੈ. ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋਰ ਵਾਪਰੇਗਾ, ਇਸ ਨੂੰ ਲੈ ਕੇ ਵੀ ਅਸੀਂ ਜਾਣਕਾਰੀ ਦਿੰਦੇ ਰਹਾਂਗੇ. ਜਸ ਬ੍ਰੋਡਕਾਸਟਿੰਗ ਇਸ ਮੁਤਲਕ ਤੁਹਾਡੇ ਸਾਹਮਣੇ ਉਹ ਸਾਰੇ ਅਪਡੇਟਸ ਲਿਆਉਂਦਾ ਰਹੇਗਾ. ਜਿਹੜੇ ਤਰਕ ਅੱਜ ਅਸੀਂ ਦਿਖਾਏ, ਜਿਹੜੇ ਪ੍ਰਤੀਕਰਮ ਅਸੀਂ ਦਿਖਾਏ, ਉਹ ਨਿੱਜੀ ਤਰਕ ਹੋ ਸਕਦੇ ਹਨ ਉਹਨਾਂ ਸਿਆਸਤਦਾਨਾਂ ਦੇ, ਲੇਕਿਨ ਜਸ ਬ੍ਰੋਡਕਾਸਟਿੰਗ ਇਹਦੀ ਤਜਵੀਜ਼ ਨਹੀਂ ਕਰਦਾ, ਇਹਨਾਂ ਦੀ ਤਰਕਾਂ ਦੇ ਉੱਤੇ ਆਪਣੀ ਗੱਲ ਨਹੀਂ ਰੱਖਦਾ. ਮੈਂ ਚਾਹੁੰਦਾ ਕਿ ਤੁਸੀਂ ਆਪਣੇ ਵੈਲਿਊਬਲ ਫੀਡਬੈਕਸ ਮੈਨੂੰ info@justbroadcasting.com ਦੇ ਉੱਤੇ, harkirat@justbroadcasting.com ਦੇ ਉੱਤੇ ਲਿਖ ਕੇ ਭੇਜ ਸਕਦੇ ਹੋ, ਆਪਣੀ ਗੱਲ ਸਾਡੇ ਨਾਲ ਸਾਂਝਾ ਕਰ ਸਕਦੇ ਹੋ. ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਮੈਨੂੰ ਹਰਕੀਰਤ ਸਿੰਘ ਆਲੂਵਾਲੇ ਅਤੇ ਨਵੀਨ ਸ਼ਰਮਾ ਜੀ ਹੋਰਾਂ ਨੂੰ ਦਿਓ ਇਜਾਜ਼ਤ. ਧੰਨਵਾਦ. ਸਤਿ ਸ਼੍ਰੀ ਅਕਾਲ. ਸਤਿ ਸ਼੍ਰੀ ਅਕਾਲ.